कोरोना काल ਦੇ ਵਿੱਚ 3000 ਕਰੋੜ ਦੀ ਆਬਾਦੀ ਤੇ ਕਾਬੂ ਪਿਆ ਜਾਂ ਨਹੀਂ ਪੀ 30000 ਚਿੱਟੇ ਵਾਲਿਆਂ ਦੇ ਕਾਬੂ ਕਿਉਂ ਨਹੀਂ ਪੈ ਰਹੇ ਅੱਛਾ ਕੀ 1100 ਵੋਟਰ ਇੱਕ ਪਿੰਡ ਨਹੀਂ ਸਾਂਭ ਸਕਦੇ ਕੀ 1100 ਵੋਟਰ ਲੀਡਰਾਂ ਨੂੰ ਇਹ ਨਹੀਂ ਕਹਿ ਸਕਦੇ ਸਿਆਸਤ ਸਾਡੇ ਪਿੰਡ ਤੋਂ ਬਾਹਰ ਦੀ ਆ ਕਿਹੜਾ ਬੱਚਾ ਮਾਂ ਦੇ ਪੇਟ ਚੋਂ ਕ੍ਰਾਈਮਨਲ ਪੈਦਾ ਹੋ ਜਦੋਂ ਇਲੈਕਸ਼ਨਸ ਹੁੰਦੇ ਨੇ ਬੱਲੇ ਬੱਲੇ ਤੇਰੇ ਨਾਲ ਦਾ ਕੋਈ ਨਹੀਂ ਉਹ ਬੱਲੇ ਬੱਲੇ ਹੀ ਲੈ ਕੇ ਵਹਿ ਜਾਂਦੀ ਆ ਫਿਰ ਉਹਨਾਂ ਨੂੰ ਪ੍ਰਧਾਨਗੀਆਂ ਦਿੰਦੇ ਆ ਜਦੋਂ ਆਪਦੇ ਖਲਾਸੇ ਉਹਨਾਂ ਦੇ ਥਰੂ ਹੋਣ ਲੱਗਦੇ ਆ ਉਦੋਂ ਚੱਕ ਕੇ ਉਹਨਾਂ ਨੂੰ ਜੇਲਾਂ 'ਚ ਮਾਰਦੇ ਆ ਸਾਡੀ ਰਾਜਨੀਤੀ ਨਸ਼ਾ ਦੇਣ ਸਾਡੀ ਰਾਜਨੀਤੀ ਦੀ ਘੱਟ ਨਹੀਂ ਜਦੋਂ ਇਲੈਕਸ਼ਨਸ ਆਉਂਦੇ ਨੇ ਅਸੀਂ ਸ਼ਰੇਆਮ ਨਸ਼ਾ ਵੰਡਦੇ ਆ ਕਿਉਂਕਿ ਉਹ ਤੋਂ ਸਾਨੂੰ ਨੌਜਵਾਨਾਂ ਦੀ ਲੋੜ ਹੁੰਦੀ ਆ ਗੈਂਗਸਟਰ ਕੌਣ ਨੇ ਕਿਹੜਾ ਬੱਚਾ ਮਾਂ ਦੇ ਪੇਟ ਚੋਂ ਕ੍ਰਿਮੀਨਲ ਪੈਦਾ ਹੋਏ ਹੂੰ ਕੋਈ ਬੱਚਾ ਮਾਂ ਦੇ ਪੇਟ ਚੋਂ ਕ੍ਰਿਮੀਨਲ ਪੈਦਾ ਹੁੰਦਾ ਕੌਣ ਬਣਾਉਂਦਾ ਸਾਡੀਆਂ ਸਰਕਾਰਾਂ ਸਾਡਾ ਸਮਾਜ ਸਾਡਾ ਪ੍ਰਸ਼ਾਸਨ ਹੂੰ ਪਹਿਲਾਂ ਉਹਨਾਂ ਨੂੰ ਵਰਤਦੇ ਨੇ ਜਿਹੜਾ ਇਲੈਕਸ਼ਨਸ ਹੁੰਦੇ ਨੇ ਬੱਲੇ ਬੱਲੇ ਤੇਰੇ ਨਾਲ ਦਾ ਕੋਈ ਨਹੀਂ ਉਹ ਬੱਲੇ ਬੱਲੇ ਹੀ ਲੈ ਕੇ ਵਹਿ ਜਾਂਦੀ ਆ ਫਿਰ ਉਹਨਾਂ ਨੂੰ ਪ੍ਰਧਾਨਗੀਆਂ ਦਿੰਦੇ ਆ ਜਦੋਂ ਆਪਦੇ ਖਲਾਸੇ ਉਹਨਾਂ ਦੇ ਥਰੂ ਹੋਣ ਲੱਗਦੇ ਆ ਉਦੋਂ ਚੱਕ ਕੇ ਉਹਨਾਂ ਨੂੰ ਜੇਲਾਂ 'ਚ ਮਾਰਦੇ ਆ ਤੇ ਫਿਰ ਉਹਨਾਂ ਦੇ ਨਾਂ ਤੇ ਜਿੰਨੇ ਕਤਲ ਹੁੰਦੇ ਆ ਜੀ ਇਹ ਫਲਾਣੇ ਗਰੁੱਪ ਨੇ ਕੀਤਾ ਇਹ ਫਲਾਣੇ ਗਰੁੱਪ ਨੇ ਕੀਤਾ ਉਹ ਵੀ ਮਾਮਾ ਦੇ ਪੁੱਤ ਹੂੰ ਜ਼ਿੰਦਗੀ ਜਾਉਂਦੇ ਉਹਨਾਂ ਦੇ ਵੀ ਸੁਪਨੇ ਸੀ ਜਿਹੜੇ ਚੱਕਨਾ ਚੂਰ ਕਰਦੇ ਇਹਨਾਂ ਨੇ ਅੱਛਾ ਤੁਸੀਂ ਇਹ ਦੇਖੋ ਬਾਈ ਜੀ 3000 ਕਰੋੜ ਦੀ ਸਾਡੀ ਆਬਾਦੀ ਆ ਹੂੰ कोरोना काल ਦੇ ਵਿੱਚ 3000 ਕਰੋੜ ਦੀ ਆਬਾਦੀ ਤੇ ਕਾਬੂ ਪਿਆ ਜਾਂ ਨਹੀਂ ਪਿਆ 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 ਨਾ ਹਮ ਸਰਕਾਰਾਂ ਨੇ ਪਾਇਆ ਹਮ ਸਿਸਟਮ ਨੇ ਪਾਇਆ ਪ੍ਰਸ਼ਾਸਨ ਦੀ ਡਿਊਟੀ ਲੱਗੀ ਹਮ 30000 ਚਿੱਟੇ ਵਾਲਿਆਂ ਦੇ ਕਾਬੂ ਕਿਉਂ ਨਹੀਂ ਪੈ ਰਿਹਾ ਹਮ ਕਿਉਂ ਨਹੀਂ ਇਹ ਅੰਦਰ ਹੋ ਰੇ ਇਹ ਇੱਕ ਬਹੁਤ ਵੱਡਾ ਸਵਾਲ ਆ ਇਨ੍ਹਾਂ ਸਰਕਾਰਾਂ ਤੇ ਸਵਾਲ ਆ ਪ੍ਰਸ਼ਾਸਨ ਦੇ ਉੱਤੇ ਸਵਾਲ ਆ ਉਹਨਾਂ ਚਮਚਿਆਂ ਦੇ ਉੱਤੇ ਜਿਹੜੇ ਪਿੰਡਾਂ ਦੇ ਵਿੱਚ ਚੌਧਰਗੀਆਂ ਲੀਡਰਿੰਗੀਆਂ ਕਰਦੇ ਆ ਹਮ ਆ ਸਾਡ ਮੰਨ ਲਓ ਮੇਰੇ ਪਿੰਡ ਦੀ ਆ ਜਿਹੜੀ ਵੋਟ ਦੀ ਔਸਤ ਜਾ ਰਹੀ ਹੈਗੀ ਆ 1100 ਵੋਟਰ ਨੇ ਹਮ ਕੁੱਲ ਮਿਲਾ ਕੇ ਆਬਾਦੀ ਬਹੁਤ ਵੱਨ ਜੂਗੀ 1100 ਵੋਟਰ ਨੇ ਅੱਛਾ ਕੀ 1100 ਵੋਟਰ ਇੱਕ ਪਿੰਡ ਨਹੀਂ ਸਮਝ ਸਕਦੇ ਹਮ ਕੀ 1100 ਵੋਟਰ ਲੀਡਰਾਂ ਨੂੰ ਇਹ ਨਹੀਂ ਕਹਿ ਸਕਦੇ ਸਿਆਸਤ ਸਾਡੇ ਪਿੰਡ ਤੋਂ ਬਾਹਰ ਦੀ ਆ ਸਾਡੇ ਪਿੰਡ ਦੇ ਅੰਦਰ ਸਾਡੀ ਭਾਈਚਾਰਕ ਸਾਂਝ ਹੈ ਬਿਲਕੁਲ ਅਸੀਂ ਆਪਦੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਅਸੀਂ ਆਪਦਾ ਪਿੰਡ ਨਿਸ਼ਾਰਾਇਤ ਕਰਨਾ ਇੱਥੇ ਨਾ ਕੋਈ ਸਾਡੇ ਕਾਲੀ ਆ ਨਾ ਕਾਂਗਰਸੀ ਆ ਨਾ ਆਮ ਆਦਮੀ ਪਾਰਟੀ ਵਾਲਾ ਇੱਥੇ ਅਸੀਂ ਇੱਕ ਦੂਜੇ ਦੇ ਪਿੰਡ ਪਰ ਹੂੰ ਪਰ ਨਹੀਂ ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਨਾ ਕਿ ਵਿਗਾੜ ਤਾਂ ਸਾਡੇ ਤੋਂ ਹੀ ਸ਼ੁਰੂ ਹੁੰਦਾ ਹੈ ਨਾ ਸਹੀ ਹੈ ਵਰਕਿੰਗਾਂ ਤਾਂ ਸਾਡੇ ਵੱਲੋਂ ਹੀ ਪੈਂਦੀਆਂ ਹੂੰ ਜੇ ਅਸੀਂ ਪਿੰਡ ਦੇ ਇਹ ਚੀਜ਼ ਨੂੰ ਖਤਮ ਕਰ ਲਏ ਤੇ ਸਿਸਟਮ ਤਾਂ ਆਪੇ ਸੁਧਰ ਜਾਊਗਾ ਸਾਡੀ ਰਾਜਨੀਤੀ ਨਸ਼ਾ ਦੇਣ ਸਾਡੀ ਰਾਜਨੀਤੀ ਦੀ ਘੱਟ ਨਹੀਂ ਜਦੋਂ ਇਲੈਕਸ਼ਨਸ ਆਉਂਦੇ ਨੇ ਅਸੀਂ ਸ਼ਰੇਆਮ ਨਸ਼ਾ ਵੰਡਦੇ ਆ ਕਿਉਂਕਿ ਉਹ ਤੁਹਾਨੂੰ ਨੌਜਵਾਨਾਂ ਦੀ ਲੋੜ ਹੁੰਦੀ ਆ ਗੈਂਗਸਟਰ ਕੌਣ ਨੇ ਕਿਹੜਾ ਬੱਚਾ ਮਾਂ ਦੇ ਪੇਟ ਚੋਂ ਕ੍ਰਿਮੀਨਲ ਪੈਦਾ ਹੋਇਆ ਕੋਈ ਬੱਚਾ ਮਾਂ ਦੇ ਪੇਟ ਚੋਂ ਕ੍ਰਿਮੀਨਲ ਪੈਦਾ ਹੁੰਦਾ ਕੌਣ ਬਣਾਉਂਦਾ ਸਾਡੀਆਂ ਸਰਕਾਰਾਂ ਸਾਡਾ ਸਮਾਜ ਸਾਡਾ ਪ੍ਰਸ਼ਾਸਨ ਪਹਿਲਾਂ ਉਹਨਾਂ ਨੂੰ ਵਰਤਦੇ ਨੇ ਜਿਦੋਂ ਇਲੈਕਸ਼ਨਸ ਹੁੰਦੇ ਨੇ ਬੱਲੇ ਬੱਲੇ ਤੇਰੇ ਨਾਲ ਦਾ ਕੋਈ ਨਹੀਂ ਉਹ ਬੱਲੇ ਬੱਲੇ ਹੀ ਲੈ ਕੇ ਵਹਿ ਜਾਂਦੀ ਆ ਫਿਰ ਉਹਨਾਂ ਨੂੰ ਪ੍ਰਧਾਨਗੀਆਂ ਦਿੰਦੇ ਆ ਜਦੋਂ ਆਪਦੇ ਖਲਾਸੇ ਉਹਨਾਂ ਦੇ ਥਰੂ ਹੋਣ ਲੱਗਦੇ ਆ ਉਦੋਂ ਚੱਕ ਕੇ ਉਹਨਾਂ ਨੂੰ ਜੇਲਾਂ 'ਚ ਮਾਰਦੇ ਆ ਤੇ ਫਿਰ ਉਹਨਾਂ ਦੇ ਨਾਂ ਤੇ ਜਿੰਨੇ ਕਤਲ ਹੁੰਦੇ ਆ ਜੀ ਇਹ ਫਲਾਣੇ ਗਰੁੱਪ ਨੇ ਕੀਤਾ ਫਲਾਣੇ ਗਰੁੱਪ ਨੇ ਕੀਤਾ ਉਹ ਵੀ ਮਾਮਾ ਦੇ ਪੁੱਤ ਹੂੰ ਜ਼ਿੰਦਗੀ ਜਾਉਂਦੇ ਉਹਨਾਂ ਦੇ ਵੀ ਸੁਪਨੇ ਸੀ ਜਿਹੜੇ ਚੱਕਨਾ ਚੂਰ ਕਰਦੇ ਇਹਨਾਂ ਨੇ ਅੱਛਾ ਤੁਸੀਂ ਇਹ ਦੇਖੋ ਬਾਈ ਜੀ 3000 ਕਰੋੜ ਦੀ ਸਾਡੀ ਆਬਾਦੀ ਆ ਹੂੰ कोरोना काल ਦੇ ਵਿੱਚ 3000 ਕਰੋੜ ਦੀ ਆਬਾਦੀ ਤੇ ਕਾਬੂ ਪਿਆ ਜਾਂ ਨਹੀਂ ਪਿਆ 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 ਨਾ ਹਮ ਸਰਕਾਰਾਂ ਨੇ ਪਾਇਆ ਹਮ ਸਿਸਟਮ ਨੇ ਪਾਇਆ ਪ੍ਰਸ਼ਾਸਨ ਦੀ ਡਿਊਟੀ ਲੱਗੀ ਹਮ 30000 ਚਿੱਟੇ ਵਾਲਿਆਂ ਦੇ ਕਾਬੂ ਕਿਉਂ ਨਹੀਂ ਪੈ ਰਿਹਾ ਹਮ ਕਿਉਂ ਨਹੀਂ ਇਹ ਅੰਦਰ ਹੋ ਰੇ ਇੱਕ ਬਹੁਤ ਵੱਡਾ ਸਵਾਲ ਆ ਇੰਨਾਂ ਸਰਕਾਰਾਂ ਤੇ ਸਵਾਲ ਆ ਪ੍ਰਸ਼ਾਸਨ ਦੇ ਉੱਤੇ ਸਵਾਲ ਆ ਉਹਨਾਂ ਚਮਚਿਆਂ ਦੇ ਉੱਤੇ ਜਿਹੜੇ ਪਿੰਡਾਂ ਦੇ ਵਿੱਚ ਚੌਧਰਗੀਆਂ ਲੀਡਰਿੰਗੀਆਂ ਕਰਦੇ ਆ ਹਮ ਆ ਸਾਡ ਮੰਨ ਲਓ ਮੇਰੇ ਪਿੰਡ ਦੀ ਆ ਜਿਹੜੀ ਵੋਟ ਦੀ ਔਸਤ ਜਾ ਰਹੀ ਹੈਗੀ ਆ 1100 ਵੋਟਰ ਨੇ ਹਮ ਕੁੱਲ ਮਿਲਾ ਕੇ ਆਬਾਦੀ ਬਹੁਤ ਵੱਜੂਗੀ 1100 ਵੋਟਰ ਨੇ ਅੱਛਾ ਕੀ 1100 ਵੋਟਰ ਇੱਕ ਪਿੰਡ ਨਹੀਂ ਸਮਝ ਸਕਦੇ ਹਮ ਕੀ 1100 ਵੋਟਰ ਲੀਡਰਾਂ ਨੂੰ ਇਹ ਨਹੀਂ ਕਹਿ ਸਕਦੇ ਸਿਆਸਤ ਸਾਡੇ ਪਿੰਡ ਤੋਂ ਬਾਹਰ ਦੀ ਹੈ ਸਾਡੇ ਪਿੰਡ ਦੇ ਅੰਦਰ ਸਾਡੀ ਭਾਈਚਾਰਕ ਸਾਂਝ ਹੈ ਬਿਲਕੁਲ ਅਸੀਂ ਆਪਦੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਅਸੀਂ ਆਪਦਾ ਪਿੰਡ ਨਿਸ਼ਾਰਾਇਤ ਕਰਨਾ ਇੱਥੇ ਨਾ ਕੋਈ ਸਾਡੇ ਕਾਲੀ ਆ ਨਾ ਕਾਂਗਰਸੀ ਆ ਨਾ ਆਮ ਆਦਮੀ ਪਾਰਟੀ ਵਾਲਾ ਇੱਥੇ ਅਸੀਂ ਇੱਕ ਦੂਜੇ ਦੇ ਪਿੰਡ ਭਰਾ ਹੂੰ ਪਰ ਨਹੀਂ ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਨਾ ਕਿ ਵਿਗਾੜ ਤਾਂ ਸਾਡੇ ਤੋਂ ਹੀ ਸ਼ੁਰੂ ਹੁੰਦਾ ਹੈ ਨਾ ਸਹੀ ਹੈ ਵਰਕਿੰਗਾਂ ਤਾਂ ਸਾਡੇ ਵੱਲੋਂ ਹੀ ਪੈਂਦੀਆਂ ਹੂੰ ਜੇ ਅਸੀਂ ਪਿੰਡ ਦੇ ਇਹ ਚੀਜ਼ ਨੂੰ ਖਤਮ ਕਰ ਲਏ ਤੇ ਸਿਸਟਮ ਤਾਂ ਆਪੇ ਸੁਧਰ ਜਾਏਗਾ